जी आ स्प्रेयर होण लग गई है, इस तरह हल्की हल्की मारी है। ਇਹ ਜਿਹੜੀ ਫੰਗਸ ਪੈਂਦੀ ਆ ਉਹ ਖਤਮ ਹੋ ਜਾਏਗੀ, ਜਿਹੜਾ ਕਾਲਾ ਹੁੰਦਾ ਗਲ ਦਾ ਗਲਾਓ ਛਲਾਓ ਹਰ ਚੀਜ਼ ਇਹਦੇ ਨਾਲ ਖਤਮ ਹੋ ਜਾਏਗੀ ਇਨਸ਼ਾਅੱਲਾ। ਰਾਮਾਇਮ ਸਭ ਕਿਸਾਨ ਦੋਸਤਾਂ ਨੂੰ ਸਲਾਮ ਅਲੈਕਮ ਜੀ। ਜੀ ਦੋਸਤੋ, ਤੁਹਾਡਾ ਵੀਡੀਓ ਸ਼ੇਅਰ ਆਪਾਂ ਇਹ ਕਰਨੀ ਸੀਗੀ ਵੀ ਆਪਣਾ ਜਿਹੜਾ ਗਲ ਹੈਗਾ ਅੱਜ ਇੱਕ ਤਾਂ ਹਨੇਰੀ ਬਹੁਤ ਤੂਫਾਨ ਆਇਆ ਹੋਇਆ ਵਾ ਪੂਰੇ ਪੰਜਾਬ ਤਕਰੀਬਨ, ਅਤੇ ਥੋੜ੍ਹਾ ਜਿਹਾ ਵੀਡੀਓ ਦਾ ਵੀ ਮਸਲਾ ਹੋਏਗਾ। ਆਪਣਾ ਜਿਹੜਾ ਆਪਾਂ ਟੰਗਿਆ ਵਾ ਲਸਣ ਜੀਵਨ ਗਾਲਕ ਉਹਦੇ ਉੱਤੇ ਫੰਜੀ ਸਾਈਡ ਸਪਰੇਅ ਕਰਨੀ ਆ ਤਾਂ ਕਿ ਉਹਨੂੰ ਫੰਗਸ ਨਾ ਪਵੇ। ਇਹ ਜਦੋਂ ਟੰਗਦੇ ਹਾਂ ਰੱਖਦੇ ਹਾਂ ਇੱਥੇ ਦੁਬਾਰਾ ਫਿਰ ਅਟੈਕ ਹੁੰਦਾ ਵਾ, ਕਾਲਾ ਕਾਲੀ ਪੋਥੀਆਂ ਹੋ ਜਾਂਦੀਆਂ ਵਾ ਫਿਰ ਉਹ ਖਤਮ ਹੋ ਜਾਂਦੀਆਂ ਵਾ। ਉਹਦੇ ਲਈ ਮੈਂ ਤੁਹਾਨੂੰ ਦਿਖਾਉਂਦਾ ਵਾਂ ਟਾਪਸਨ ਐਮ 80 ਗ੍ਰਾਮ ਫਿਲ ਟੈਂਕੀ ਯੂਜ਼ ਕਰਨੀ ਹੈ ਅਤੇ ਟਾਪਸਨ ਐਮ ਰਿਸਟਾ ਕੰਪਨੀ ਦੀ ਆ। ਬਾਕੀ ਸ਼ਰਾਫਤ ਭਾਈ ਆਏ ਕਰਨਗੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਟੰਗੇ ਹੋਏ ਨੂੰ ਕਿਸ ਤਰ੍ਹਾਂ ਕਰਨਾ ਵਾ। ਇੱਕ ਤਾਂ ਇਹ ਲਾਈਟ ਹੈ ਨਹੀਂ ਗੀ ਸਾਡੇ, ਦੂਸਰੇ ਨੰਬਰ 'ਤੇ ਹਨੇਰੀ ਬਹੁਤ ਆ। ਆਹ ਦਿਖਾਓ ਭਾਈ ਸ਼ਰਾਫਤ ਆਹ ਦਵਾਈ ਇਹ ਆ ਭਾਈ ਟਾਪਸਨ ਐਮ ਇਹ ਰਿਸਟਾ, ਇਹ ਤਕਰੀਬਨ ਨਾ 20-25 ਦਿਨ ਬਾਅਦ ਮਾਰਦੇ ਰਹਿਣਾ ਚਾਹੀਦਾ ਵਾ ਤਾਂ ਕਿ ਫੰਗਸ ਤੋਂ ਮਹਿਫੂਜ਼ ਰਹੇ। ਖੁੰਜਾ ਫਾੜ ਲਓ ਜੀ ਇਹਦਾ। ਅੱਸੀ ਗ੍ਰਾਮ ਫੀ ਟੈਂਕੀ ਦੋਸਤੋ ਇਹਨੂੰ ਇਸਤੇਮਾਲ ਕਰਨਾ ਤੁਸੀਂ। ਸਾਡੇ ਕੋਲ ਕੰਪਿਊਟਰਾਈਜ਼ ਕੰਡਾ ਵਾ, ਆਹ ਦੇਖੋ ਜੀ ਬਾਜੀ ਹੋ ਗਈ ਅਸੀਂ ਇਹਨੂੰ ਸਾਈਡ 'ਤੇ ਰੱਖ ਦਿਓ ਲਪੇਟ ਕੇ। ਬਾਕੀ ਟੈਂਕੀ ਬਣਾ ਕੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਇਹਨੂੰ ਮਾਰਨਾ ਸਪਰੇ। ਜੀ ਆ ਸਪਰੇ ਹੋਣ ਲੱਗ ਗਈ ਆ, ਇਸੇ ਤਰ੍ਹਾਂ ਹਲਕੀ ਹਲਕੀ ਮਾਰੀ ਆ ਇਹਦੇ ਬਲਬ ਸਾਈਡ 'ਤੇ। ਰਿਪੀਟ ਕਰਨਾ ਦੋਸਤੋ ਇਹਨੂੰ ਮਹੀਨੇ ਬਾਅਦ, 20 ਦਿਨ 25 ਦਿਨ ਬਾਅਦ, ਮਹੀਨੇ ਬਾਅਦ ਤਕਰੀਬਨ। ਇਹਨੂੰ ਜਿਹੜੀ ਫੰਗਸ ਪੈਂਦੀ ਆ ਉਹ ਖਤਮ ਹੋ ਜਾਏਗੀ, ਜਿਹੜਾ ਕਾਲਾ ਹੁੰਦਾ ਗਲ ਦਾ ਗਲਾਓ ਛਲਾਓ ਹਰ ਚੀਜ਼ ਇਹਦੇ ਨਾਲ ਖਤਮ ਹੋ ਜਾਏਗੀ ਇਨਸ਼ਾਅੱਲਾ। ਓਕੇ, ਸਾਨੂੰ ਇਜਾਜ਼ਤ ਦਿਓ ਜੀ, ਇਸੇ ਤਰ੍ਹਾਂ ਰਿਪੀਟ ਕਰਨਾ ਮਹੀਨੇ ਬਾਅਦ ਇਨਸ਼ਾਅੱਲਾ, ਕੋਈ ਮਸਲਾ ਮਸਾਇਲ ਨਹੀਂ ਆਏਗਾ। ਅੱਲਾ ਹਾਫਿਜ਼ ਜੀ।